ਸ਼ਸ਼ੀਕਲ ਜੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਤੁਹਾਰੇ ਸਾਰਿਆਂ ਵਾਸਤੇ ਇੱਕ ਵਾਰੀ ਫੇਅਰ ਲਾਈਵ ਹੋਏ ਹਾਂ ਲੇਟੈਸਟ ਕਲੈਕਸ਼ਨ ਦੇ ਨਾਲ ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਐਕਸਕਲੂਸਿਵ ਟੇਸਟ ਬਿਲਕੁਲ ਨਵੀਆਂ ਆਟਮਾ ਨਵੇਂ ਆਰਟੀਕਲ ਟੋਟਲ ਸਾਰੇ ਪੀਸ ਤੁਹਾਨੂੰ ਦਿਖਾਵਾਂਗੇ ਅਨਸਟਿਚ ਦੇ ਵਿੱਚ ਤਕਰੀਬਨ ਪੀਸ ਦਿਖਾਵਾਂਗੇ 20 ਜਾਂ 22 ਲੇਕਿਨ ਆਰਟੀਕਲ ਸਾਰੇ ਸੁਪਰ ਹੋਣਗੇ ਇਹਦੇ ਵਿੱਚ ਇਹ ਸਾਰੇ ਫੈਬਰਿਕ ਵਾਲੇ ਪੀਸ ਹੋਣਗੇ ਇਹਨਾਂ ਨਾਲ ਪੈਂਟ ਪਲਾਜ਼ੋ ਆਪਾਂ ਜੋ ਮਰਜੀ ਸਟਿਚ ਕਰਾ ਸਕਦੇ ਹਾਂ ਤੇ ਦੁਪੱਟੇ ਆਲਮੋਸਟ ਸਭ ਨਾਲ ਕਿਸੇ ਨਾ ਪਿਓਰ ਦਾ ਦੁਪੱਟਾ ਹੋਏਗਾ ਕਿਸੇ ਨਾ ਚਨੌਨ ਸ਼ੌਂ ਦਾ ਕਿਸੇ ਨਾ ਆਰਗੈਂਜ਼ਾ ਪ੍ਰਿੰਟ ਦਾ ਸਾਰੇ ਡਿਫਰੈਂਟ ਇਫਰਨ ਆਰਟੀਕਲ ਹੋਣਗੇ ਕਲਰ ਮੈਚਿੰਗ ਦੀ ਸਾਰੀ ਲੇਟੈਸਟ ਚੱਲ ਰਹੀ ਹੈ ਜਿਵੇਂ ਕੁਝ ਬ੍ਰਾਈਟ ਵੀ ਚੱਲੇ ਨੇ ਤੇ ਲਾਈਟ ਵੀ ਚੱਲੇ ਨੇ ਫੈਬਰਿਕ ਜਿਵੇਂ ਚੱਲੇ ਨੇ ਆਰਗੈਂਜ਼ਾ ਬਨਾਰਸੀ ਜੌਰਜਟ ਸਿਲਕ ਡੂਪੀਅਨ ਪਿਓਰ ਡਿਸ਼ੀਨ ਸਾਰੇ तकरीबन ਫੈਬਰਿਕੜੇ ਹੈਗੇ ਨੇ ਸੁਪਰ ਚੱਲੇ ਨੇ ਜੀ ਤੇ ਨੰਬਰ ਤੁਸੀਂ ਸਾਡੇ ਕੋਲ ਨੋਟ ਕਰ ਲਓ ਜਲਦੀ ਜਲਦੀ ਵੀਡੀਓ ਦਾ ਸਕਰੀਨ ਸ਼ਾਟ ਲੈ ਲਓ ਤੇ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਪਿਕ ਪੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜੀ ਆਲ ਓਵਰ ਇੰਡੀਆ ਚ ਤਿੰਨ ਤੋਂ ਚਾਰ ਦਿਨ ਲੱਗਦੇ ਨੇ ਪਾਰਸਲ ਵਾਸਤੇ ਅਗਰ ਤੁਸੀਂ ਆਊਟ ਆਫ ਇੰਡੀਆ ਬੈਠੇ ਹੋ ਕਿਤੇ ਵੀ ਅਗਰ ਤੁਸੀਂ ਪਾਰਸਲ ਇੰਗਲੈਂਡ ਕੈਨੇਡਾ ਕਿਤੇ ਵੀ ਮੰਗਾਣਾ ਚਾਹੁੰਦੇ ਹੋ ਤਕਰੀਬਨ 7 ਤੋਂ 8 ਦਿਨ ਲੱਗਦੇ ਨੇ ਡੀ ਐਚ ਐਲ ਤੇ ਤੇ ਅਗਰ ਤੁਸੀਂ ਇੰਡੀਆਜ਼ ਪਾਰਸਲ ਕਿਤੇ ਮੰਗਾਣਾ ਚਾਹੁੰਦੇ ਹੋ ਉੱਥੇ ਪਾਰਸਲ ਪਹੁੰਚ ਜਾਏਗਾ ਉੱਥੇ ਵੱਧ ਤੋਂ 3 ਜਾਂ 4 ਦਿਨ ਲੱਗਦੇ ਨੇ ਤੇ ਨੰਬਰ ਤੁਸੀਂ ਇਹ ਜਲਦੀ ਜਲਦੀ ਵੀਡੀਓ ਚੋਂ ਇੱਕ ਸਕਰੀਨ ਸ਼ਾਟ ਲੈ ਲਓ ਤੁਹਾਨੂੰ ਵੀਡੀਓ ਸ਼ੁਰੂ ਕਰ ਰੱਗੇ ਆਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਰਿਆਂ ਸੀ ਰਾਨੀ ਕਲਰ ਦਾ ਕਨਸੈਪਟ ਹੈ ਮੰਨ ਲੈ ਵਿੱਚ ਮੈਂ ਤੁਹਾਨੂੰ ਨੇ ਪੀਸ ਦਿਖਾਵਾਂਗਾ ਨਾ ਸਾਰੇ ਡਿਫਰੈਂਟ ਹੋਗੇ ਆ ਤੁਹਾਨੂੰ ਪਹਿਲਾਂ ਇੱਕ ਪੀਸ ਸਾਰਿਆਂ ਏਮਬਰਾਇਡਰੀ ਵਾਲਾ ਉਸ ਤੋਂ ਬਾਅਦ ਸਾਰੇ ਡਿਫਰੈਂਟ ਜਾਣਗੇ ਆਰਟੀਕਲ ਇਹ ਏਮਬਰਾਇਡਰੀ ਆਏਗੀ ਇਹ ਵੀ ਸਾਰਾ ਟੋਟਲ ਨਵਾਂ ਪਨ ਹੈ ਇਹਦੇ 0 ਨੰਬਰ ਦਾ ਕੜਦਾਨਾ ਲੱਗਿਆ ਸਿੱਪੀ ਆ ਤਿੱਲੇ ਦਾ ਪਰਲ ਦਾ ਕੰਮ ਹੈ ਤੇ ਨਾਲ ਹਲਕਾ ਦਬਕੇ ਦਾ ਤੇ ਨਾਲ ਨੋਟ ਦਾ ਮਤਲਬ 6-7 ਤਰ੍ਹਾਂ ਦਾ ਕੰਮ ਹੈ ਇੱਕ ਪੀਸ ਦੇ ਵਿੱਚ ਪੂਰੀ ਸ਼ਰਟ ਦਾ ਫਰੰਟ ਹੈ ਇਸ ਤਾਂ ਹੀ ਮਾਜੂ ਤੇ ਕੰਮ ਆਏਗਾ ਸਿਲਕ オーਗੈਂਜ਼ਾ ਦੀ ਸ਼ਰਟ ਹੈ ਡਿਸ਼ੀਨ ਦੀ ਬਾਟਮ ਹੈ ਪਿਓ ਡਿਸ਼ੀਨ ਦੀ ਕਿਉਂਕਿ ਜਿਹੜਾ ਕਲਰ ਹੈਗਾ ਪਿਓਰ ਤਲਾਬਾ ਕਿਸੇ ਤੇ ਕਲਰ ਹੋਰ ਆਂਦਾ ਨਹੀਂ ਜੀ ਇਹ ਲਾ ਆਪਾਂ ਕੀ ਇਹ ਸਿੰਥੈਟਿਕ ਕਪੜੇ ਤੇ ਆ ਜੇ ਤੇ ਰੰਗ ਨਹੀਂ ਮੜਨਾ ਸਿੰਥੈਟਿਕ ਤੇ ਆ ਦੇਖੋ ਦੁਪट्टे ਦੇ ਚਾਰੇ ਕਾਰਨਰ ਨੇ ਚਾਰੇ ਪਾਸੇ ਪੈਲ ਦੀ ਸਕੈਲਪਿੰਗ ਹੈ ਜੀ ਪ੍ਰਾਈਸ ਬੇਟਾ ਕੀ ਨਿਕਲਿਆ ਇੱਕ ਨੰਬਰ ਆਈਟਮ ਹੈ ਜੀ ਪ੍ਰਾਈਸ ਪੈਗਾ ਦਾ 6020 ਰੁਪਏ ਜੀ ਨੈਕਸਟ ਚਲੋ ਜੀ ਸਾਰੇ ਡਿਫਰੈਂਟ ਤੁਹਾਨੂੰ ਦਿਖਾਵਾਂਗੇ ਆਈਡੀਆ ਜੇਲੇ ਲੋ ਜੀ ਕਿਹ ਅਰਟੀਕਲ ਦੇਖਣਾ ਪਿਓਰ ਬਨਾਰਸੀ ਦੇ ਵਿੱਚ ਆਈਟਮ ਆਈ ਹੈ ਪਿਓਰ ਜਾਰਜਟ ਦੀ ਚੁੰਨੀ ਨਾਲ ਅੱਗੇ ਤੁਹਾਨੂੰ ਅਸੀਂ ਜਿਹੜਾ ਬਨਾਰਸੀ ਦੰਦੇ ਸੀ ਨਾ ਉਸੇ ਦਾ तकरीबन ਸਾਰਾ ਸਿਲਕ ਉੱਤੇ ਜਾਂ ਔਰਗੈਂਜ਼ਾ ਉੱਤੇ ਜਿਹੜਾ ਤੁਹਾਨੂੰ ਹੁੰਦੇ ਰਿਹਾ ਇਹ ਡੋਲਾ ਸਿਲਕ ਉੱਤੇ ਸਾਰਾ ਜਿਲਾ ਇਹ ਸਾਰਾ ਬਨਾਰਸੀ ਸਿੰਗਲ ਵੀਵਿੰਗ ਹੈ ਇਹ ਵਿੱਚ ਕੋਈ ਰੇਸ਼ਮ ਨਹੀਂਗਾ ਕੋਈ ਲਾਈਟ ਡਾਰਕ ਤਿੱਲਾ ਨਹੀਂਗਾ ਸਿੰਗਲ ਕਲਰ ਲਾਈਟ ਅਨਮੋਲ ਕਲਰ ਦੀ ਵੀਵਿੰਗ ਹੈ ਸਾਰੀ ਨੀਚੇ ਬਾਰਡਰ ਉਹਦੇ ਉੱਪਰ ਬੂਟੀ ਸਕੇਪ ਕਨਸੈਪਟ ਦਾ ਪੂਰਾ ਆਲ ਓਵਰ ਤੇ ਇਹ ਨਾਲ ਇਸ ਤੰਗੇ ਦੇ ਆਪਣਾ ਦੁਪੱਟਾ ਆਏਗਾ ਕੰਟਰਾਸਟ ਜਿਸ ਕਲਰ ਦਾ ਸੂਟ ਦਾ ਫੈਬਰਿਕ ਹੈ ਉਸੇ ਕਲਰ ਦੀ ਬਾਟਮ ਆਏਗੀ ਉਹੀ ਦੁਪੱਟਾ ਚਾਰੇ ਪਾਸੇ ਬਨਾਰਸੀ ਦੇ ਵਿੱਚ ਬਾਰਡਰ ਦੇ ਵਿੱਚ ਆਏਗਾ ਦੁਪੱਟਾ ਪਿਓਰ ਚੌਲ ਦਾ ਉਹਦੇ ਉੱਪਰ ਪੂਰੀ ਐਮਬਰਾਇਡਰੀ ਆਏਗੀ ਸੀਕਵੈਂਸ ਦੀ ਤੇ ਰੇਸ਼ਮ ਦੀ ਲਓ ਜੀ ਆਹ ਲੁੱਕ ਆਏਗੀ ਦੇਖੋ ਜੀ ਹਾਂਜੀ ਨਵਰਾਜ ਜੀ ਸਤਿ ਸ਼੍ਰੀ ਅਕਾਲ ਜੀ ਅਸ਼ਰਜੀ ਸਤਿ ਸ਼੍ਰੀ ਅਕਾਲ ਜੀ ਮੁਕਤੀ ਸਤਿ ਸ਼੍ਰੀ ਅਕਾਲ ਹਾਂਜੀ ਲਓ ਜੀ ਪ੍ਰਾਈਸ ਜੀ ਬੇਟਾ ਕੀ ਨਿਕਲਿਆ ਦੋ ਨੰਬਰ ਆਈਟਮ ਹੈ ਜੀ ਸਿਰਫ 4000 ਰੇਟ ਦੇ ਲਿਆ ਦਾ ਵੈਰੀ ਗੁੱਡ ਪਿਓਰ ਦਾ ਸੂਟ ਹੈ ਡੋਲਾਸ ਸਿਲਕ ਦਾ ਜੀ ਦੁਪੱਟਾ ਪਿਓਰ ਜਾਰਡਰ ਦਾ ਪੂਰਾ ਫੋਰ ਸਾਈਡ ਤਿਆਰ ਹੈ ਔਰ ਅਲਟੀਮੇਟ ਚੀਜ਼ ਹੈ ਸਾਰੀ ਇਹਦੀ ਨੇਕ ਚੋ ਜੀ ਫਿਰ ਨਾਲ ਫੈਬਰਿਕ ਹੈਗਾ ਆਪਣੀ ਮਰਜ਼ੀ ਦਾ ਜੋ ਮਰਜ਼ੀ ਆਪਾਂ ਸਟਿਚ ਕਰਾ ਸਕਦੇ ਹਾਂ ਜੀ ਕਿ ਕਹਦੇ ਕੋ ਥੋੜਾ ਜਿਹਾ ਮਤਲਬ ਇਹਨੂੰ ਆਪਾਂ ਗਰਲਿਸ਼ ਵੀ ਕਰ ਸਕਦੇ ਹਾਂ ਕਿਉਂਕਿ ਸਿੰਪਲ ਨੈਕ ਬਣਿਆ ਹੋਇਆ ਬਾਕੀ ਤਾਂ ਕੋਈ ਵੀ ਪਾ ਸਕਦੇ ਇਹ ਨੀਚੇ ਪਾਇਲ ਦੀ ਲੇਸ ਹੈ ਉਹਦੇ ਉੱਪਰ ਸਟਾਰ ਬੂਟੀ ਹੈ ਪਰਲ ਦੀ ਸਿਰਫ ਸਿਰਫ ਨੈਕ ਤੇ ਆਏਗਾ ਰਾਉਂਡਿੰਗ ਇਹ ਵੀ ਤਕਰੀਬਨ 4-5 ਤਰ੍ਹਾਂ ਦਾ ਕੰਮ ਹੈ ਪਾਇਲ ਦਾ ਧਬਕੇ ਦਾ ਰੇਸ਼ਮ ਦਾ ਨੋਟ ਦਾ ਸਿੱਪੀ ਦਾ ਠੀਕ ਹੈ ਜੀ ਰਾਉਂਡਿੰਗ neck ਆ ਗਿਆ ਤੇ ਫੁੱਲ ਬਾਜ਼ੂ ਆ ਗਿਆ ਇਸ ਤਾਈਂ ਦੁਪੱਟੇ ਦੇ ਇਸ ਤਾਈਂ ਪਰਲ ਦੀ ਲੇਸ ਆ ਤੇ ਸਿੱਪੀ ਦੀ ਵਿੱਚ ਨਾਲ ਨਾਲ ਬੂਟੀ ਹੈ ਦਿਓ ਜੀ ਪ੍ਰਾਈਸ ਕੀ ਹੈ ਰੂਬੀ ਕਲਰ ਹੈ ਜੀ ਇਹਲਾ ਸਿਲਕ ਬਾਟਮ ਆਪਣਾ ਸਿਲਕ ਫੈਬਰਿਕ ਦੇ ਵਿੱਚ ਚਨੌਂ ਸ਼ਵਨ ਦੀ ਚੁੰਨੀ ਨਾਲ ਆਈਟਮ ਨੰਬਰ 3 ਪ੍ਰਾਈਸ 3620 ਰੁਪਏ ਦਾ ਜੀ ਨੈਕ ਚਲੋ ਜੀ ਬੜਾ ਨਵੇਂ ਨਵੇਂ ਪਾਰਸਲ ਦਾ ਬਦਬ ਖੋਲੀ ਸ਼ਬ ਤੇ ਨਾਲ ਨਾਲ ਨਹੀਂ ਚੱਲ ਮੈਨੂੰ ਜਰਾ ਸਿਮਰਨਜੀਤ ਸਿੰਘ ਮਾਮ ਸਿਮਰਨਜੀਤ ਮਾਨ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਲੋ ਜੀ ਆਚੀ ਦੇਖੋ ਜਨਾ ਇਹ ਅੱਜ ਤੋਂ 5 ਦਿਨ ਪਹਿਲਾਂ ਵਾਈਸ ਸੀ ਔਰ ਮੇਰੇ ਖਿਆਲ ਕਟੋਗੜ ਵੀ 40 ਪੀਸ ਆਰਡਰ ਸੀ ਇਹਦੇ ਅੱਜ ਵੀ ਮੇਰੇ ਖਿਆਲ 50 60 ਪੀਸ ਆਏ ਨੇ ਤਾਂ ਹੀ ਵੀਡੀਓ ਪਾ ਰਿਹਾ ਜਿੰਨੇ ਤੁਹਾਨੂੰ ਪੀਸ ਚਾਹੀਦੇ ਮਿਲ ਜਾਣਗੇ ਇਹ ਦੇਖੋ ਕਨਸੈਪਟ ਦੇਖੋ ਤੁਰੀ ਕਰੀਮ ਕਲਰ ਸੂਟ ਜਿਵੇਂ ਕਸਟਮਰ ਦਾ ਕੋਈ ਟੇਸਟ ਹੋਵੇ ਲੈਣ ਦਾ ਨਾ ਬੇਸਿਕਲੀ ਕਰੀਮ ਫੈਬਰਿਕ ਦਾ ਸਿਲਕ ਦਾ ਉਹਦੇ ਉੱਪਰ ਪਹਿਲਾਂ ਸਾਰੀ ਇਦਾਂ ਪ੍ਰਿੰਟਿੰਗ ਹੈ ਜੀ ਵਾਲੀ ਦੇਖੋ ਵੈਸੇ ਤਾਂ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਫਿਰ ਇਹਦੇ ਉੱਪਰ ਮਾਰਣਾ ਜਿਆ ਸੀ ਨਾ ਹਲਕਾ ਜਿਹਾ ਹਾਈਲਾਈਟ ਕੀਤਾ ਉੱਪਰ ਇਹ ਦੇਖੋ ਧਾਗੇ ਇੱਕ ਜਿਹੀ ਰੀਟ ਹਾਈਲਾਈਟ ਕੀਤਾ ਉੱਪਰ ਜਿੰਨੇ ਫਲਾਵਰ ਆ ਉੱਤੇ ਹਾਈਲਾਈਟ ਕਰਦਾ ਸਾਰਾ ਹੀ ਫਿਰ ਤੇ ਦੁਪੱਟਾ ਦਿੱਤਾ ਚਨੌਨ ਸ਼ਪੋਨ ਦਾ ਦੁਪੱਟੇ ਤੇ ਕੋਈ ਹਾਈਲਾਈਟ ਨਹੀਂ ਕਰਾਇਆ ਸਿਰਫ ਪ੍ਰਿੰਟਿੰਗ ਰੱਖੀ ਹੈ ਕਿਉਂਕਿ ਦੁਪੱਟੇ ਦੇ ਪ੍ਰਿੰਟਿੰਗ ਦੀ ਗੈਟ ਅਪ ਹੀ ਜ਼ਿਆਦਾ ਆਂਦੀ ਹੈ ਇਹਨੂੰ ਕੰਮ ਕਰਾਵਾਂਗੇ ਫਿਰ ਨਾ ਪੀਸ ਓਵਰ ਹੋ ਜਾਏਗਾ ਲਓ ਜੀ ਹੁਣ ਦਿਓ ਪ੍ਰਾਈਸ ਬੇਟਾ ਕੀ ਹੈ ਵੱਡੀ ਗੱਲ ਹੈ ਕਿ ਸਭ ਤੋਂ ਇਹ ਖਾਸੀਅਤ ਕਿ ਹੈ ਕਿ ਸਪਾ ਨੂੰ ਵਾਸ਼ ਇਜ਼ੀ ਵੈਰਾ ਕਰ ਸਕਦੇ ਆ ਕੋਈ ਡ੍ਰੈਗ ਲਿਨ ਦੀ ਲੋੜ ਨਹੀਂ ਯਾਨੀ ਕਿ ਇਹਨੂੰ ਫਸਟ ਟਾਈਮ ਡ੍ਰੈਗ ਲਿੰਗ ਨਾਉ ਜਿੱਦਾਂ ਮਰਜੀ ਸਿੰਪਲ ਵਾਸ਼ ਕਰੋ ਕੋਈ ਦਿੱਕਤ ਨਹੀਂ ਆਈਟਮ ਨੰਬਰ 4 ਹੈ ਜੀ ਪ੍ਰਾਈਸ 3330 ਲਓ ਜੀ 3300 10 ਨੈਕਸਟ ਲਓ ਜੀ ਇਹ ਕਾਚੇ ਦੇਣਾ ਇਸ ਚੀਜ਼ ਮੇਰੇ ਕੋਲੇ ਇਹ ਵੀ ਚੀਜ਼ ਸੈਕੰਡ ਟਾਈਮ ਆਈਟਮ ਆ ਰਹੀ ਹੈ ਇਹ ਵੀ ਤਕਰੀਬਨ 15 20 ਦਿਨ ਪਹਿਲਾਂ ਆਈਟਮ ਆਈ ਸੀਗੀ ਇਹਦੇ ਜਿਹੜਾ ਕਨਸੈਪਟ ਬਣਿਆ ਨਾ ਕਨਸੈਪਟ ਕੀ ਹੈਗਾ ਇਹ ਐਕਚੁਅਲੀ ਆ ਦੇਖੋ ਸਾਰੀ ਹਸਤਾ ਜ਼ਰੀ ਦੇ ਵਿੱਚ ਕਨਸੈਪਟ ਆਇਆ ਦਾ ਠੀਕ ਹੈ ਜੀ ਉਹਦੇ ਚ ਬੂਟਾ ਆਏਗਾ ਸਾਰਾ ਫਿਰ ਦਾ ਆ ਵੀਵਿੰਗ ਬਾਰਡਰ ਆ ਗਿਆ ਇਹ ਬੂਟੀ ਕਨਸੈਪਟ ਆ ਗਿਆ ਫਿਰ ਇਹਦੇ ਵਿੱਚ ਪੈਨਲ ਆ ਗਿਆ ਫਿਰ ਉੱਪਰ neck ਦੇ ਉੱਤੇ ਵੀ ਵੀਵਿੰਗ ਹੈ ਫਿਰ ਉਹਦੇ ਉੱਪਰ ਹਾਈਲਾਈਟ ਕੀਤਾ neck ਦੇ ਉੱਤੇ ਦੇਖੋ نیچے ਪਹਿਲਾਂ ਵੀਵਿੰਗ ਹੈ ਫਿਰ ਉੱਤੇ ਹਾਈਲਾਈਟ ਕੀਤਾ ਕੜਦਾਨੇ ਦਾ ਤੇ ਹਲਕਾ ਹਲਕਾ ਸ਼ੀਸ਼ੇ ਦਾ ਆ ਦੇਖੋ ਹੈ ਗੱਲਬਾਤ ਜੀ ਫਿਰ ਦੁਪੱਟਾ ਦੇਖੋ ਜਰਾ ਇਹ ਚੀਜ਼ਾਂ ਨੇ ਬਹੁਤ ਸੁਪਰ ਇਹ ਦੇਖੋ ਮਤਲਬ ਨਾ ਇਹ ਕੋ ਪਸੰਦ ਆ ਰਹੀ ਆਪਣੀਆਂ ਆਪਣੀਆਂ ਇਹ ਮਤਲਬ ਇਹ ਪੀਸ ਨੂੰ ਬਣਾਉਣ ਦੇ ਵਾਸਤੇ ਇਹਨିକ ਨੂੰ ਇੱਕ ਬੰਦੇ ਨੇ ਦਿਮਾਗ ਲਾਇਆ ਮਤਲਬ ਇਹ ਡਿਜ਼ਾਈਨਰਾਂ ਦਾ ਕਨਸੈਪਟ ਨਹੀਂ ਹੈ ਇਹ ਲਈ ਦੇਖੋ نیچے ਪਹਿਲਾਂ ਪ੍ਰਿੰਟਿੰਗ ਵੀ ਆ ਗਈ ਵੀਵਿੰਗ ਵੀ ਆ ਗਈ ਉਹਦੇ ਉੱਪਰ ਐਮਬਰਾਇਡਰੀ ਵੀ ਆ ਗਈ ਦੁਪੱਟੇ ਤੇ ਮਲਟੀ ਹੱਡ ਦਾ ਕੰਮ ਆ ਗਿਆ ਚਾਰੇ ਪਾਸੇ ਬਨਾਰਸੀ ਦਾ ਬਾਰਡਰ ਆ ਗਿਆ ਵੀ ਛਲਕੀ ਛਲਕੀ ਸਿੱਪੀ ਆ ਗਈ ਮਤਲਬ ਕੁੱਲ ਮਿਲਾ ਕੇ ਬਹੁਤ ਡਿਫਰੈਂਟ ਕਨਸੈਪਟ ਨਹੀਂ ਹੈ ਇਹ ਲਈ ਹੁਣ ਭਾਈ ਤੁਸੀਂ ਪ੍ਰਾਈਸ ਦੱਸ ਦਿਓ ਜਰਾ ਬੜੀ ਮਿਹਰਬਾਨੀ ਤੁਹਾਡੀ ਆਈਟਮ ਨੰਬਰ 5 ਹੈ ਜੀ 5700 ਰੁਪਏ ਨਿਕਲਿਆ ਸਿਰਫ ਦਾ ਜੀ ਹਾਂ ਜੀ ਨੈਕਸਟ ਚਲੋ ਜੀ ਲੋ ਜੀ ਕਾ ਦੇਖੋ ਬਿਲਕੁਲ ਹਲਕੀ ਐਮਬਰਾਇਡਰੀ ਦੁਪੱਟਾ ਸੇਮ ਕਿਉਂਕਿ ਇਹ ਨਾ ਯੈਲੋ ਨਾਲ ਕੰਟਰਾਸਟ ਕੋਈ ਲਾਈਕ ਕਰਦਾ ਕੋ ਨਹੀਂ ਲਾਈਕ ਕਰਦਾ ਇਸ ਕਰਕੇ ਅਸੀਂ ਦੁਪੱਟਾ ਸੇਮ ਹੀ ਬਣਾਇਆ ਇਹਦੇ ਨਾਲ ਜੀ ਔਰ ਕੰਮ ਬਣਾਇਆ ਸਾਰਾ ਸੈਲਫਿੰਗ ਦੇ ਵਿੱਚ ਕੰਮ ਆ ਯੈਲਾ ਇਹਦੇ ਵਿੱਚ ਕੋਈ ਓਵਰ ਕੰਮ ਨਹੀਂ ਹੈਗਾ ਸਿਰਫ ਜਿਹੜੀ ਸਿੱਪੀ ਦਿੱਤੀ ਆ ਕੰਟਰਾਸਟ ਇੱਕ ਸਿੱਪੀ ਕੰਟਰਾਸਟ ਹੈ ਉਹੀ ਧਾਗਾ ਸੇਮ ਤੇ ਨੇਵੀ ਬਲੂ ਰੇਸ਼ਮ ਨਾਲ ਹਲਕਾ 골ਡਨ ਤੇ ਨਾਲ ਨਾਲ ਵਾਈਟ ਪਰਲ ਪੂਰੀ ਸ਼ਰਟ ਦਾ ਫਰੰਟ ਆ ਗਿਆ ਇਸ ਤਰ੍ਹਾਂ ਫੁੱਲ ਬਾਜੂ ਦੀ ਆਪਸ਼ਨ ਲੈਂਥ ਬਣੇਗੀ ਤਕਰੀਬਨ 48 ਤੋਂ ਲੈ ਕੇ 50 ਇੰਚ ਤੱਕ ਦੇ ਜੀ ਤੇ ਦੁਬੱਟੇ ਦੇ ਚਾਰੇ ਕੋਰਨਰ ਕੋਰਨਰ ਤੇ ਸਕਲਪਿੰਗ ਨਾਲ ਸਾਰਾ ਇਹ ਦੇ ਦੋ ਜੀ ਪ੍ਰਾਈਸ ਬੇਟਾ ਕੀ ਨਿਕਲੇ ਆ ਆਈਟਮ ਨੰਬਰ 6 ਹੈ ਜੀ ਪ੍ਰਾਈਸ ਪਏਗਾ 5710 ਰੁਪਏ ਜੀ ਦਾ ਰਾਈਟ ਸੋਤਾ ਜੀ ਅਨੀਤਾ ਦਾਤਾ ਜੀ ਸविता ਗੁਪਤਾ ਜੀ ਪਰਮਜੀਤ ਜੀ ਮਨਵੀਰ ਜੀ ਮੀਨਾ ਜੀ ਸਾਰਿਆਂ ਸਤਿ ਸ੍ਰੀ ਅਕਾਲ। ਲਓ ਜੀ। ਇੱਕ ਆਚੀ ਦੇਣਾ ਜਿਹੜਾ ਰਸਤਾ ਜੀ। ਇਹ ਵੀ ਅ ਥੋੜਾ ਤਾਂ ਡਿਫਰੈਂਟ ਕਨਸੈਪਟ ਆ। ਬਾਕੀ ਸਾਨੂੰ ਤਾਂ ਅੱਛਾ ਲੱਗਿਆ। ਬਸ ਕਿਤਾ ਆਪ ਕੋ ਕਸਟਮਰ ਦੀ ਚੁਆਇਸ ਹੁੰਦੀ ਹੈ। ਇਹਦੇ ਚ ਖਾਸ ਇਹ ਕੀ ਕਿ ਪੂਰੀ ਸ਼ਰਟ ਦਾ ਫਰੰਟ ਪਹਿਲਾਂ ਬਾਂਦਨੀ ਪ੍ਰਿੰਟ ਆ ਜੀ ਇਹਲਾ। ਔਰ ਕਲਰ ਬੜਾ ਪੈਰਾ ਜੀ ਇਹਲਾ। ਲਾਈਲੈਕ ਗਰੇਸ਼ ਕਲਰ ਹੈਗਾ। ਪੂਰੀ ਸ਼ਰਟ ਦਾ ਫਰੰਟ ਬਾਂਦਨੀ ਹੈ। ਸੋ ਉਹਦੇ ਉੱਪਰ ਪੂਰੀ ਐਮਬਰਾਇਡਰੀ ਹੈ ਸ਼ਰਟ ਦੇ ਫਰੰਟ ਦੇ ਵੀ ਬੈਕ ਤੇ ਐਮਬਰਾਇਡਰੀ ਹੈ ਫਰੰਟ ਪ੍ਰਿੰਟ ਤੇ ਆ। ਵੀ ਮੈਨੂੰ ਲੱਗਿਆ ਬੈਕ ਤੇ ਹੈਗੀ ਬਟ ਤਾਂ ਹੀ ਦਿਖਾਇਆ ਇਹਦੇ ਪੂਰੀ ਛੱਟ ਦੇ ਉੱਤੇ ਪਹਿਲਾਂ ਜੈਪੂਰੀ ਪ੍ਰਿੰਟ ਹੈ ਬਾਦਮੀ ਦਾ ਫਿਰ ਇਹਦੇ ਉੱਪਰ ਇੰਬਰਾਇਡਰੀ ਹੈ ਫਰੰਟ ਤੇ ਵੀ ਆ ਬੈਕ ਤੇ ਵੀ ਆ ਤੇ ਫੁੱਲ ਬਾਜੂ ਤੇ ਵੀ ਆ ਪੂਰੀ ਬਾਜੂ ਬੰਨੀ ਆ ਦੇਖੋ ਇਦਾਂ ਕਿੰਨਾ ਫੈਰਾ ਲੱਗ ਰਿਹਾ ਬੀ ਸੁਣਾ ਫਿਰ ਦੁਪੱਟਾ ਵਾਹੀ ਬਟ ਜਿਹੜਾ ਫਿਰ ਦੁਪੱਟੇ ਦੇ ਲੈਂਥ ਵਾਲੀ ਸਾਈਡ ਤੇ ਪੂਰੀ ਸਕੈਲਪਿੰਗ ਇੰਬਰਾਇਡਰੀ ਇਸ ਤਾਂ ਜੀ ਸੀਕਵੈਂਸ ਦੀ ਤਿੱਲੇ ਦੀ ਤੇ ਨਾਲ ਨਾਲ ਸ਼ੀਟ ਦੀ ਇਹ ਲੈਂਥ ਵਾਲੀ ਸਾਈਡ ਤੇ ਹੈ ਵਿੱਚ ਸੇਮ ਬੂਟੀ ਸੇਮ ਪ੍ਰਿੰਟ ਜਿਹੜੀ ਬਾਟਮ ਆਏਗੀ ਉਹ ਆਏਗੀ ਬਲੌਕ ਪ੍ਰਿੰਟਿੰਗ ਜਿਹੇ ਤਰ੍ਹਾਂ ਐਸਟਰੋ ਅੱਜ ਦੀ ਪ੍ਰਾਈਸ ਆਈਟਮ ਨੰਬਰ 74330 4330 ਤੇ ਦੇਖੋ ਇਹ ਚ ਕਲਰ ਪਹਿਲਾਂ ਰੈੱਡ ਪਾਇਆ ਸੀਗਾ ਮੈਂਜੈਂਟਾ ਪਾਇਆ ਸੀਗਾ ਉਹਨਾਂ ਦੇ ਬਹੁਤ ਅੱਛੇ ਆਰਡਰ ਆਏ ਨੇ ਲੇਕਿਨ ਜਿਹੜਾ ਅੱਜ ਮੈਂ ਕਲਰ ਪਾਇਆ ਤਾਂ ਕਲਰ ਹੀ ਬਹੁਤ ਤਵਾਹੀ ਕਲਰ ਆਈ ਹੈ ਲੋ ਉਹ ਕਟੋਕਟ 12 ਤੋਂ 15 ਪੀਸ ਇਹਦੇ ਨਾਲ ਨਾਲ ਨਿਕਲਨੇ ਮੈਨੂੰ ਪਤਾ ਬਿੜੇ ਨਾਲ ਨਾਲ ਆਰਡਰ ਆ ਰਹੇ ਸਾਈਡ ਤੇ ਕੱਢੀ ਚ ਲਈ ਪੀਸ ਕੱਕੇ ਜਰਾ ਹਾਂ ਨੇਕ ਚਲੋ ਬੇਟਾ ਲੋ ਜੀ ਜਿੰਨੀ ਮਰਜ਼ੀ ਸ਼ਾਪਿੰਗ ਕਰੋ ਜੀ ਸਾਰੇ ਆਰਟੀਕਲ ਡਿਫਰੈਂਟ ਲੋਜੀ ਕੰਟਰਾਸਟ ਦੇਖੋ ਲਾਈਟ ਐਂਡ ਡਾਰਕ ਮੂਵ ਦੇ ਵਿੱਚ ਔਰ ਇਹ ਰਨਿੰਗ ਦੇ ਵਿੱਚ embroidery ਨਹੀਂ ਹੈਗੀ ਇਹ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਕਨਸੈਪਟ ਨੇ ਦੇਖੋ ਪਹਿਲਾਂ نیچے ਬਾਰਡਰ ਆ ਗਿਆ ਬਾਰਡਰ ਦੇ ਵਿੱਚ ਕੀ ਕੰਮ ਕੀਤਾ ਘੋਟੇ ਦਾ ਰੇਸ਼ਮ ਦਾ ਫਿਰ ਚਰਖੀ ਘੋਟੇ ਦਾ ਫਿਰ ਨਾਲ ਆਰੀ ਦਾ ਫਿਰ ਇੱਕ ਪਾਸੇ ਇਦਾਂ ਸ਼ੁਰੂ ਹੁੰਦਾ ਘੇਰਾ ਸਿੰਪਲ ਅੱਗੂ ਆ ਕੇ ਬੰਜਨ ਦਾ ਚਾਕ ਲੈਵਲ ਤੱਕ ਇਹ ਫਿਰ ਇਹ ਚਾਕ ਲੈਵਲ ਤੋਂ ਸ਼ੁਰੂ ਹੁੰਦਾ ਉੱਪਰ ਚੈਸਟ ਤੇ ਅੰਡਰ arm ਤੱਕ ਜਾਏਗਾ ਇਹਨਾਂ ਫਿਰ ਦੇ ਉੱਪਰ ਨੈਕ ਦੇ ਬੂਟੀ ਆ ਗਈ ਇੱਕ ਸਾਈਡ ਤੇ ਫਿਰ ਐਮਬਰਾਇਡਰੀ ਆ ਗਈ ਇਸ ਤਰ੍ਹਾਂ ਮਤਲਬ ਇਹ ਅਲੱਗ ਜਿਹਾ ਕਨਸੈਪਟ ਹੈਗਾ ਫਿਰ ਬਾਟਮ ਇੰਦੀ ਆਏਗੀ ਬਲੌਕ ਪ੍ਰਿੰਟਿੰਗ ਦੇ ਤਰ੍ਹਾਂ ਇਹ ਲਾਈਟ ਐਂਡ ਡਾਰਕ ਮੋਵ ਹੈ ਜੀ ਇਹ ਲੋ ਦੁਪੱਟਾ ਵੀ ਬਾਟਮ ਦੇ ਨਾਲ ਦਾ ਚਾਰੇ ਪਾਸੇ ਲੇਸ ਹੈ ਗੋਟਾ ਵਾਲਾ ਬਲੌਕ ਪ੍ਰਿੰਟਿੰਗ ਹੈ ਔਰ ਗੈਂਦਾ ਦੀ ਸ਼ਰਟ ਹੈ ਨਾ ਸੌਰੀ ਸਾਟਨ ਦੀ ਸ਼ਰਟ ਹੈ ਸਿਲਕ ਦੀ ਬਾਟਮ ਹੈ ਔਰ ਗੈਂਦਾ ਦੀ ਚੁੰਨੀ ਹੈ ਆਈਟਮ ਨੰਬਰ 8 ਪ੍ਰਾਈਸ ਪਵੇਗਾ 4030 ਰੁਪਏ ਦੇ 4030 ओनली ਲੋ ਜੀ ਦੇਖੋ ਜੀ ਅਸੀਂ ਲੁਧਿਆਣੇ ਬੈਠੇ ਆ ਲੁਧਿਆਣੇ ਦੀ ਗੱਲ ਕਰ ਰਹੇ ਆ ਅੱਜ ਠੰਡ ਬਹੁਤ ਹੈ ਇੱਥੇ ਹਲਕੀ ਹਲਕੀ ਕਣੀਆਂ ਵੀ ਪੈ ਰਹੀਆਂ ਨੇ ਬਾਹਰ ਮੇਰੇ ਖਿਆਲ ਨਾਲ ਲੋ ਜੀ ਕਾਚ ਦੇਖਣਾ ਜਿਹੜਾ ਇਹ ਸਾਰਾ ਨਾ ਇਹ ਡਿਫਰੈਂਟ ਐਮਬਰਾਇਡਰੀ ਹੈ ਗ੍ਰੇ ਕਲਰ ਹਾਬੂਤਾ ਇਸ ਤਿਲਕ ਦਾ بیس ਦੇ ਪਰ ਕੁੰਦਨ ਦੀ ਐਮਬਰਾਇਡਰੀ ਹੈ ਪਹਿਲਜਾ ਕੰਮ ਹੈ ਗੋਟੇ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਠੀਕ ਹੈ ਜੀ ਫਿਰ ਇੱਕ ਲਾਈਨ ਪਰਲ ਦੀ ਆਏਗੀ ਫਿਰ ਇੱਕ ਲਾਈਨ ਆਏਗੀ ਗੋਟੇ ਦੀ ਉਹਦੇ ਵਿੱਚ ਬੂਟੀ ਕਨਸੈਪਟ ਆਏਗਾ ਮਤਲਬ ਜਿਹੜੀ ਪਰਲ ਦੀ ਲਾਈਨ ਆ ਉਹਦੇ ਸਿਰਫ ਨੀਚੇ ਬੂਟੇ ਨੇ ਜਿਹੜੀ ਗੋਟੇ ਸੈਂਟਰ ਦੇ ਵਿੱਚ ਵੀ ਬੂਟੇ ਆਏ ਨੇ ਔਰਗੈਂਜ਼ਾ ਦੀ ਚੁੰਨੀ ਪੂਰੀ ਇਸ ਤਰ੍ਹਾਂ ਲਾਈਨਾਂ ਦੇ ਵਿੱਚ ਇਦਾਂ ਹੀ ਪੱਲਿਆਂ ਤੇ ਐਮਬਰਾਇਡਰੀ 올ਓਵਰ 5 ਮੀਟਰ ਸੂਟ ਹਾਬੂਤਾਈ ਦਾ ਬੇਟੇ ਦੇਓ ਪ੍ਰਾਈਸ ਕੀ ਨਿਕਲਿਆ ਆਈਟਮ ਨੰਬਰ 9 ਹੈ ਜੀ ਪ੍ਰਾਈਸ ਪਵੇਗਾ 4160 ਰੁਪਏ ਜੀ 4160 ਲੋ ਜੀ ਕੰਟਰਾਸਟ ਜਿਵੇਂ ਕਈ ਕਸਟਮਰ ਦਾ ਟੇਸਟ ਹੁੰਦਾ ਨਾ ਬਲੈਕ ਨਾਲ ਜੀ ਗੋਲਡਨ ਦਿਖਾਓ ਇਹ ਚੀਜ਼ ਬਹੁਤ ਪਿਆਰੀ ਹੈ ਜੀ ਨਹੀਂ ਇਹ ਸਾਰਾ نیچے ਰੇਸ਼ਮ ਦਾ ਕੰਮ ਹੈ ਉਹਦੇ ਉੱਪਰ ਹਲਕੀ ਹਲਕੀ ਸਿੱਪੀ ਦੀ ਟੱਚਿੰਗ ਹੈ ਸਿੱਪੀ ਬਿਲਕੁਲ ਬਰੀਕ ਆ ਦੇਖੋ ਜੀ ਜ਼ੀਰੋ ਨੰਬਰ ਦੀ ਸਿੱਪੀ ਸਾਰੀ ਇਹ ਫਿਰ ਉਹਦੇ ਉੱਪਰ ਪੂਰਾ ਰੇਸ਼ਮ ਦਾ ਜਾਲ ਹੈ ਉਹਦੇ ਉੱਪਰ ਸਿੱਪੀ ਸਾਰੀ ਇਹ ਤੇ نیچے ਸਾਰਾ ਇਹ ਤਾਂ ਬਾਰਡਰ ਆ ਗਿਆ ਉੱਪਰ ਪੇਂਸਲੀ ਦੇ ਨਾਲ ਜਾਲ ਆ ਗਿਆ ਸਾਰਾ ਤੇ ਇਸ ਦਾ ਪੂਰਾ ਇਸ ਤਾਲ ਦਾ ਨੈਕ ਦੇ ਉੱਤੇ ਪੱਟੀ ਆਏਗੀ ਤੇ ਨਾਲ ਇਹਦੇ ਦੁਪੱਟਾ ਬੜਾ ਮੈਂ ਵੀਡੀਓ ਭਾਰਾ ਤਾਂ 10 ਮਿੰਟ 10 ਮਿੰਟ ਰੁੱਕ ਕੇ ਕਰਿਓ ਵੀਡੀਓ ਭਾਰਾਂ ਦੀ ਪਲੀਜ਼ ਨਾਲ ਦੁਬੱਟਾ ਇਹਦੇ 골ਡਨ ਹੈਗਾ ਕੰਟਰਾਸਟ ਦੁਬੱਟੇ ਦੇ ਪੂਰੀ ਐਮਬਰਾਇਡਰੀ ਫੋਰ ਸਾਈਡ ਇਸ ਤਰ੍ਹਾਂ ਜਿਹੜੇ ਸਤਾਕੇ ਵੀਡੀਓ ਪਾਰੇਗਾ ਚਾਰੇ ਪਾਸੇ ਬਾਰਡਰ ਆਏਗਾ ਜੀ ਚਨੌਨ ਸ਼ਮੋਨ ਦੀ ਚੁੰਨੀ ਹੈ ਦੋ ਜੀ ਪ੍ਰਾਈਸ ਆਈਟਮ ਨੰਬਰ ਇਹ 10 ਹੈ ਜੀ ਅੱਜ ਦੀ ਵੀਡੀਓ ਦੀ ਪ੍ਰਾਈਸ ਪਵੇਗਾ ਸਿਰਫ 5030 ਰੁਪਏ ਦਾ ਜੀ ਬਹੁਤ ਸੋਹਣਾ ਕਨਸੈਪਟ ਹੈ ਜੀ ਇਹਦਾ ਸੁਪਰ ਚੀਜ਼ ਨੈਕਸਟ ਹੋ ਜੀ ਲੋ ਜੀ ਕਿ ਡੂਪੀਅਨ ਸਿਲਕ ਦੇ ਉੱਤੇ ਆਈਟਮ ਆਈ ਜੀ ਇਹ ਇਹ ਜਿਹੜਾ ਕੰਮ ਆ ਨਾ ਸਾਰਾ ਡੋਰੀ ਦਾ ਕੰਮ ਆ ਜੀ ਇਹਲਾ ਇਹ ਜਿਹੜੀ ਡੋਰੀ ਤੁਹਾਨੂੰ ਦਿਖਾ ਰਿਹਾ ਹੈ ਵੈਰਾਈਟੀ ਸਾਰੀ ਨਾ ਇਹ ਬੈਕ ਤੋਂ ਕੰਮ ਹੁੰਦਾ ਸਾਰਾ ਦੇਖੋ ਇਦਾਂ ਇਹ ਡੋਰੀ ਦਾ ਕੰਮ ਹੈ ਫਿਰ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਜੀ ਇਹਲਾ ਇਹ ਮਤਲਬ ਆਮ ਕਾਰੀਗਰ ਦਾ ਕੰਮ ਹੀ ਨਹੀਂ ਹੈਗਾ ਸਿਰਫ ਬੰਗਾਲੀ ਕਾਰੀਗਰ ਕਰਦੇ ਨੇ ਇਹਨੂੰ ਜੀ ਇਹ ਸਿਰਫ ਕਲਕੱਤੇ ਕੰਮ ਹੁੰਦਾ ਹੈ ਨਾ ਬੰਗਾਲੀ ਕਾਰੀਗਰ ਦਾ ਬਹੁਤ ਸੋਹਣਾ ਕੰਮ ਆ ਇਹਲਾ ਸਾਰੀ ਨੀਚੇ ਸਕੈਲਪਿੰਗ ਆ ਉੱਤੇ ਦਬਕੇ ਦਾ ਕੰਮ ਹੈ ਨਾਲ-ਨਾਲ ਡੋਰੀ ਹੈ ਉਦੇ ਉੱਪਰ ਡੋਰੀ ਦੀ ਬੂਟੀ ਹੈ ਦੁਪੱਟਾ ਨਾਲ ਇਹ ਦੇ ਜੈਪੁਰੀ ਹੈ ਕਸਟਮਰ ਨੂੰ ਪਿਆਰ ਬਹੁਤ ਚੜਾ ਦੇ ਕੋਈ ਬਾਤ ਨਹੀਂ 4 ਸਾਈਡ ਦੁਪੱਟੇ ਦੀ ਵੀਵਿੰਗ ਹੈ ਵਿੱਚ ਪੂਰਾ ਬਾਂਦਨੀ ਵੀ ਹੈ ਜੈਪੁਰੀ ਵੀ ਆਪਣਾ ਜ਼ਰੀ ਵੀ ਹੈ 올ਓਵਰ ਸੂਟ ਡੋਪੀ ਦਾ ਦੁਪੱਟਾ ਟੈਪੀ ਦਾ ਵਿਦ ਜ਼ਰੀ ਆਈਟਮ ਨੰਬਰ 11 ਸਿਰਫ 6825 ਰੁਪਏ ਜੀ ਨੈਕ ਚਲੋ ਜੀ ਵੈਰੀ ਗੁੱਡ ਬਹੁਤ ਸੋਹਣਾ ਕਨਸੈਪਟ ਹੈ ਇਹਦਾ ਇਹ ਸੁਪਰ ਬਰਾਰਸੀ ਸਾਰਾ ਜੇਲਾ ਨੈਕ ਚਲੋ ਜੀ ਇੱਕਾ ਦੇਖੋ ਬਿਲਕੁਲ ਡਿਫਰੈਂਟ ਚੀਜ਼ ਹੈ ਮੈਂ ਕੱਲ ਮਹਿਰੂਨ ਪਾਇਆ ਸੀਗਾ ਮੇਰੇ ਖਿਆਲ 12 ਪੀਸਾਂ ਦਾ ਆਰਡਰ ਸੀਗਾ ਇਹ 15 ਪੀਸਾਂ ਦੇ ਅੱਜ ਪਰ ਇਹ ਚ ਗਾਜ਼ਰੀ ਕਲਰ ਵੀਵਿੰਗ ਪੂਰੀ ਸ਼ਰਟ ਦਾ ਫਰੰਟ ਸਿਰਫ ਘੇਰੇ ਤੇ ਇਸ ਤਰ੍ਹਾਂ ਹੈਵੀ ਆਏਗਾ ਉੱਪਰ ਸਿੰਗਲ ਬੂਟੀ ਆਏਗੀ ਬਾਜ਼ੂ ਬਣਗੇ ਬਾਟਮ ਪਲੇਨ ਆਏਗੀ ਦੁਪੱਟਾ ਟੈਬੀ ਔਰ ਗੈਂਜ਼ਾ ਦਾ ਆਏਗਾ ਔਰ ਇੱਕ ਕੰਟਰਾਸਟ ਨਾਲ ਪ੍ਰਿੰਟਿੰਗ ਚਾਰੇ ਪਾਸੇ ਗਾਜ਼ਰੀ ਦਾ ਬਾਰਡਰ ਇਹ ਵੀ ਹਲਕੇ ਹਲਕੇ ਸਮੋਸਾ ਲਿਸ ਲੋ ਜੀ ਪ੍ਰਾਈਸ ਜੋ ਇਹ ਨਿਕਲੇ ਜੀ ਦਾ बारह नंबर आइटम अठाई सौ तीह जी बहुत सोने कॉन्सैप्ट बिल्कुल नवी चीजा चलिया नैक्सट हो जी बोलो बोलो और नीचे सोनू को मिल लेको बोलो सोनू को मिले थोड़ी देर बैठ जा थोड़ी देर बैठ जागा ਆ ਦੇਖੋ ਜੀ 골ਡਨ ਸਿਲਕ ਹੈ ਜੀ ਇਹ 골ਡਨ ਸਿਲਕ ਸੈਲਫ ਠੀਕ ਹੈ ਜੀ ਇਹਦੇ ਨੀਚੇ ਦੇਖੋ ਬਾਰਡਰ ਕਿੰਨਾ ਪਿਆਰਾ ਬਣਿਆ ਬਾਰਡਰ ਦੇ ਵਿੱਚ ਕਲਰ ਦੇਖੋ ਕੀ ਯੂਜ਼ ਕੀਤੇ ਨੇ ਡਾਰਕਰਸਟ ਓਕੇ ਲਾਈਟ ਰਸਟ ਲਾਈਟ orange ਫਿਰ ਇਸੇ ਕਲਰ ਦੀ ਮੈਟਰੀਅਲ ਅੱਛਾ ਆ ਜਾ ਸੁਣ ਕੇ ਹਲਵਾ ਨਹੀਂ ਸੋਹਣੇ ਹਰੋਂ ਓਕੇ ਠੀਕ ਹੈ ਸੁਭਾਤ ਇਹਦੇ ਸਾਰੀਆਂ ਛੜੀਆਂ ਨੇ ਜੀ ਇਹ ਸਾਰਾ ਜਿਹੜਾ ਕੰਮ ਹੈਗਾ ਸਾਰਾ ਇਹ ਨੋਟ ਦਾ ਕੰਮ ਸਾਰਾ ਰੇਸ਼ਮ ਦਾ ਲੜਾ ਹੁੰਦਾ ਨਾ ਐਂਕਰ ਸਟਿਚ ਹੁੰਦਾ ਉਹਦਾ ਕੰਮ ਹੈ ਜੀ ਇਹ ਕੋਰਨਰ ਆ ਗਿਆ ਇਥੋਂ ਬਿੜੇ neck ਦਾ ਹਾਤੂ neck ਦਾ ਬਹੁਤ ਸੋਹਣਾ neck ਬਣਾ ਦੇਖੋ ਇਹ neck ਠੀਕ ਹੈ ਜੀ ਆਪਾਂ ਨੂੰ ਸਮਝ ਆ ਗਈ ਪੂਰਾ ਆਈਡੀਆ ਕੀ ਹੈਗਾ ਹੁਣ ਬਾਈ ਤੁਸੀਂ ਦੁਪੱਟੇ ਦੀ ਕਿਰਪਾ ਕਰੋ ਜਰਾ ਲਓ ਜੀ ਦੁਪੱਟਾ ਤਾਂ ਉਸ ਤੋਂ ਵੀ ਸੁਪਰ ਦਿੱਤਾ ਨਾਲ ਜੀ ਪੂਰਾ ਦੁਪੱਟਾ ਵਿੱਚ ਪ੍ਰਿੰਟਿੰਗ ਦੇ ਵਿੱਚ ਐ ਕ੍ਰੋਸ ਦੇ ਵਿੱਚ ਫਿਰ ਉਹਦੇ ਉੱਪਰ ਸਾਰੀ ਐਮਬਰਾਇਡਰੀ ਹੈ ਜਿੱਦਾਂ ਐਮਬਰਾਇਡਰੀ ਆਹ ਕੀਤੀ ਹੈ ਉਹੀ ਐਮਬਰਾਇਡਰੀ ਇਹਦੇ ਉੱਪਰ ਕੀਤੀ ਹੈ ਜੀ ये चीज़ा है बिल्कुल सुपर सुपर तो भी उपर मेरे हिसाब से जी जो बड़े सूट ऑलओवर है पाँच मिनट रहे हाँ जी सूट शर्ट सेम कलर की बॉटम आएगी आइटम नंबर तेरह जी प्राइस पेगा फाइव एट नाइन जीरो सिर्फ नैक्चुर जी। नौ जी क्या कलैक्शन आएगी सारी इतना ये भी इस तरह ना हाफ केरादैपिंग आएगा ਹਾਫ ਘੇਰੇ ਤੋਂ ਉੱਪਰ ਚਾਕ ਲੇਬਲ ਤੱਕ ਪੂਰੀ ਐਮਬਰਾਇਡਰੀ ਏਦਾਂ ਉਹਦੇ ਵਿੱਚ ਪੂਰਾ ਤਿੱਲੇ ਦਾ ਜਾਲ ਏਦਾਂ ਹੀ ਇੱਕ ਸਾਈਡ ਤੇ ਤਿੱਲੇ ਦਾ ਜਾਲ ਉਹਦੇ ਉੱਪਰ ਦੋ ਬੂਟੇ ਆ ਗਏ ਤਿੱਲੇ ਦੇ ਉਹਦੇ ਉੱਪਰ ਕੜਦਾਨੇ ਦਾ ਕੰਮ ਆ ਤੇ ਫਾਸ ਦਾ ਕੰਮ ਹੈ ਮਹਿੰਦੀ ਕਲਰ ਹੈ ਔਰ ਗੈਂਜ਼ਾ ਦੀ ਚੁੰਨੀ ਹੈ ਹਾਬੂਤਾ ਇਸਰ ਦਾ ਨਾ ਸੌਰੀ ਡਿਸ਼ੀਨ ਦਾ ਸੂਟ ਹੈ ਦੁਪट्टे ਦੇ ਵੀ ਚਾਰੇ ਪਾਸੇ ਕੋਰਨਰ ਹੈ ਸਕੈਲਪਿੰਗਾਂ ਵਿੱਚ ਬੂਟੇ ਬਣੇ ਨੇ ਮਤਲਬ ਟੋਟਲ ਕੁਲ ਮਿਲਾ ਕੇ ਬੜਾ ਪਿਆਰਾ ਆਈਡੀਆ ਈ ਲਾ ਹਾਂਜੀ ਬਟਾ ਦੇਖੋ ਪ੍ਰਾਈਸ ਕੀ ਨਿਕਲਿਆ ਜੀ ਆਈਟਮ ਨੰਬਰ ਆਈ ਤੇ ਵੀਡੀਓ ਦੀ ਇਹ 14 ਜੀ ਪ੍ਰਾਈਸ ਪਏਗਾ 6640 ਓਨਲੀ ਕੀ ਸੀਗਾ ਲੋ ਜੀ ਕਿਹਾ ਦੇਖੋ ਪ੍ਰਿੰਟਿੰਗ ਚਿਕਨ ਕਾਰੀ ਤੇ ਲਾਕਾਰੀ ਬਿਲਕੁਲ ਡਿਫਰੈਂਟ ਡਿਫਰੈਂਟ ਮਤਲਬ ਇੱਕ ਇੱਕ ਕਨਸੈਪਟ ਦੇ ਵਿੱਚ ਆ ਦੇਖੋ ਬੰਦਾ ਤੁਹਾਨੂੰ ਬੈਗ ਦਿਖਾਣੇ ਆ ਜਾਰਜਟ ਦੀ ਬੈਗ ਹੈ ਉਹਦੇ ਉੱਤੇ ਪ੍ਰਿੰਟਿੰਗ ਸਾਰੀ ਇਸ ਤਰ੍ਹਾਂ ਬਾਰਡਰ ਕਾਜੀ ਇਹ ਬਾਜੂ ਆਗੇ ਨਾਲੇ ਤੇ ਜਿਹੜਾ ਸ਼ਰਟ ਦਾ ਫਰੰਟ ਆਏਗਾ ਉਹ ਸਾਰਾ ਚਿਕਨਕਾਰੀ ਦਾ ਬਾਰਡਰ ਨੀਚੇ ਉਦੇ ਉੱਪਰ ਪ੍ਰਿੰਟਿੰਗ ਸਾਰੀ ਡਿਜੀਟਲ ਦੀ ਉਹਦੇ ਉੱਪਰ ਆਰੀ ਦਾ ਕੰਮ ਫਿਰ ਚਿਕਨਕਾਰੀ ਦਾ ਬਾਰਡਰ ਉਹਦੇ ਉੱਪਰ ਚਿਕਨਕਾਰੀ ਦੇ ਨਾਲ ਨਾਲ ਸਾਂ ਪ੍ਰਿੰਟਿੰਗ ਵਿਦ ਆਰੀ ਪੂਰੀ ਸ਼ਰਟ ਦਾ ਫਰੰਟ ਬੈਕ ਤੁਹਾਨੂੰ ਪਹਿਲਾਂ ਦਿਖਾਤੀ ਸੀ ਫੁੱਲ ਬਾਜੂ ਆਗੇ ਡਾਰਕ ਪੀਚ ਕਲਰ ਦੀ ਬਾਟਮ ਆਏਗੀ ਔਰ ਗੈਂਦਾ ਦੀ ਚੁੰਨੀ ਪ੍ਰਿੰਟਿੰਗ ਸੇਮ ਸੈਂਟਰ ਦੇ ਵਿੱਚ ਲਹਿਰੀਆ ਚਾਰੇ ਪਾਸੇ ਬਾਰਡਰ ਕਾਟਨ ਦੀ ਲੇਸ ਥੋੜਾ ਜਿਹਾ ਆਮ ਨਾਲੋਂ ਡਿਫਰੈਂਟ ਚੀਜ਼ਾਂ ਦੇ ਹੋਈ ਪ੍ਰਾਈਸ ਕਿੰਨੀ ਲੱਈਦਾ 15 ਨੰਬਰ ਆਈਟਮ ਹੈ ਜੀ 6090 ਚਲੋ ਜੀ ਨੈਕਸਟ ਚਲੋ ਜੀ ਇਹ ਕਾ ਦੇਖੋ ਚੀਜ਼ ਸੀ ਇਹ ਚੀਜ਼ ਬਹੁਤ ਸੋਹਣੀ ਹੈ ਜੀ ਅਬੀ ਜੀ ਇੰਨ ਬੜੀਆਂ ਰੋਜ਼ ਨਵੀਆਂ ਨਵੀਆਂ ਲੈ ਕੇ ਆਈ ਦੀਆਂ ਨੇ ਜਾਲੀਆਂ ਕਿਉਂਕਿ ਗੱਲ ਪਤਾ ਕੀ ਹੈ ਜੀ ਬਜਾਜੀ ਵੇਚਣੀਆਂ ਦਾ ਮਾਲ ਤਾਂ ਰੋਜ਼ ਨਵਾਂ ਲੈਣਾ ਹੀ ਪਣਾ ਜੀ ਇਹ ਕਾ ਦੇਖੋ ਇਸ ਤਰ੍ਹਾਂ ਨਾ ਡਾਇਗੋਨਲ ਸਟ੍ਰਾਈਪਸ ਦੇ ਵਿੱਚ ਪ੍ਰਿੰਟਿੰਗ ਹੈ ਸਾਰੀ ਇਹ ਪਹਿਲਾਂ ਉਨੀ ਸਾਰੀ ਪ੍ਰਿੰਟਿੰਗ ਹੈ ਇਹ ਦੇ ਉੱਪਰ ਆ ਗਈ এমਬਰਾਇਡਰੀ ਇਹ ਲੈਮਨ ਕਲਰ ਦੀ ਲਾਈਨਾਂ ਸ਼ੀਸ਼ਾ ਲੱਗਿਆ ट्रायंगल ਦੇ ਵਿੱਚ ਫਿਰ yellow ਦੀ ਫਿਰ lemon ਦੀ ਠੀਕ ਹੈ ਜੀ ਫਿਰ ਇਸ ਤਰ੍ਹਾਂ lemon ਆਪਣਾ yellow ਦੇ ਕਲਰ ਦੀ ਲਾਈਨਾਂ ਵਿੱਚ lemon ट्रायंगल ਮਤਲਬ ਇਹਦਾ ਚਾਕ ਲੈਵਲ ਤੱਕ ਪੂਰਾ ਕੰਮ ਹੈਲਾ نیچے ਪਹਿਲਾਂ ਪ੍ਰਿੰਟਿੰਗ ਹੈ ਆਨਓਵਰ ਸੂਟ ਨਹੀਂ ਬਾਟਮ ਸੇਮ ਆਏਗੀ ਗ੍ਰੇ ਕਲਰ ਦੀ ਨਾਲ ਦੁਪੱਟਾ ਜੈਪੁਰੀ ਉਹਦੇ ਵੀ ਇਸ ਤਰ੍ਹਾਂ এমਬਰਾਇਡਰੀ ਸਕੈਲਪਿੰਗ ਪ੍ਰਿੰਟਿੰਗ ਵਿਦ ਸੀਪੀ ਦਿਓ ਜੀ ਪ੍ਰਾਈਸ ਕਿੰਨਿਆ ਆਈਟਮ ਨੰਬਰ ਇਹ 16 ਜੀ ਪ੍ਰਾਈਸ ਪਏਗਾ ਇਹਦਾ 5200 ਤੀਰਫ ਸਿਰਫ ਹਾਂ ਜੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਆਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਸੋਤਾ ਜੀ ਸਤਿ ਸ਼੍ਰੀ ਅਕਾਲ ਲੋ ਜੀ ਕਿਆ ਦੇਖਣਾ ਜਰਾ ਹੈ ਇਹਦਾ ਹਾਂ ਹਾਂ ਲੋ ਜੀ ਕਿਆ ਚ ਦੇਣਾ ਬਲੈਕ ਕਲਰ ਪਾਇਆ ਸੀ ਮੇਰੇ ਖਿਆਲ 12 15 ਪੀਸ ਇਹਦੇ ਸੀਗੇ ਸਾਰੇ ਸਾਰੇ ਵਿੱਗੇ ਉਹਨਾਂ ਆਇਆ ਨੀਚੇ ਰੇਚ ਨਾ ਪਲਸ਼ਿੰਗ ਦਾ ਬਾਰਡਰ ਹੈ ਉਰੇ ਦੇ ਉੱਪਰ ਐਮਬਰਾਇਡਰੀ ਸਾਰੀ ਦੇਖੋ ਐਂਟੀਕ ਦਾ ਕੰਮ ਹੈ ਸਾਰਾ ਤਿੱਲੇਕਾਰੀ ਦਾ ਸਿੱਪੀ ਦਾ ਦਬਕੇ ਦਾ ਪਰਲਸ ਦਾ ਸਟੋਨ ਦਾ ਛੜ ਦਾ ਕਿਰਾ ਪਰ ਉਹਦੇ ਉੱਪਰ ਬਲੌਕ ਪ੍ਰਿੰਟਿੰਗ ਆਏਗੀ ਇਸ ਤਾ ਪਰ ਉਹਦੇ ਉੱਪਰ ਬਲੌਕ ਪ੍ਰਿੰਟਿੰਗ ਵਿਦ ਮੋਰ ਪੰਖ ਦੇ ਵਿੱਚ ਇਸ ਤਾ ਸਾਰੀ ਬਲੌਕ ਤੇ ਇਸ ਤਾ ਨਾਲੇ ਦੇ ਸੇਮ ਇਹਦੀ ਬੈਕ ਆਏਗੀ ਤੇ ਇਸ ਤਾ ਨਾਲੇ ਦੇ ਬਾਟਮ ਤੇ ਪ੍ਰਿੰਟਿੰਗ ਆਏਗੀ ਪਲਾਜ਼ੋ ਵਗੈਰਾ ਦੇ ਉੱਤੇ ਦੁਪੱਟਾ ਆਏਗਾ ਕੰਟਰਾਸਟ ਦੁਪੱਟੇ ਤੇ 골ਡਨ ਜ਼ਰੀ ਦਾ ਬਾਰਡਰ पल्ले भी उपर प्रिंटिंग सारी डिजिटल जो जी प्राइज़ की निकलिया आइटम नंबर सतारा प्राइज़ पेगा सिाइव एट जीरो हाँ जी रजनजोत जी गुरलीन जी चरणजीत जी परम जी ममता जी संदीप जी सताल जी लो जी एक अच्छी देखा जा रहा जी। जा रही जा रही जा रही। जी जा है जी सीधा मेरा आराम ज्यादा लो जी एच देखा जा रहा भी चीज़ बहुत प्यारी आई जी अभी ਇਹ ਮੋਸਟਲੀ ਆਈਟਮ ਨਾ ਸੈਮੀ ਸਟਿਚ ਦੇ ਵਿੱਚ ਆਈਟਮ ਆਂਦੀ ਹੈ ਇਹ। ਲੇਕਿਨ ਅਸੀਂ ਇਹਨੂੰ ਹੁਣ ਅਨ ਸਟਿਚ ਦੇ ਵਿੱਚ ਤਿਆਰ ਕਰਾਇਆ ਵਾ। ਕਿਉਂਕਿ ਕਈ ਕਸਟਮਰ ਕਹਿੰਦੇ ਸਾਨੂੰ ਸੈਮੀ ਦੇ ਵਿੱਚ ਨਾ ਸਾਈਜ਼ ਜਾਂਦਾ ਜੀ ਇਹਲਾ। ਆ ਦੇਖੋ ਸ਼ਰਟ ਦਾ ਬਾਰਡਰ ਜ਼ਰੀ ਵਾਲਾ। ਜ਼ਰੀ ਵਾਲਾ ਬਾਰਡਰ। ਉਹਦੇ ਉੱਪਰ ਫਿਰ ਐਮਬਰਾਇਡਰੀ ਇਸ ਦਾ ਪੈਚਿੰਗ ਦੇ ਕੇ पिंक, ਗ੍ਰੀਨ ਤੇ ਗ੍ਰੇ ਕਲਰ ਦੇ ਪੈਚਿੰਗ। ਇਸ ਦਾ ਇਹਨਾਂ ਨੀਚੇ ਪੈਂਟਸ ਦੁਪੱਟਾ ਬਹੁਤ ਪਿਆਰਾ ਈ ਦੇ। ਦੁਪੱਟੇ ਦੇ ਔਰਗੈਂਜ਼ਾ ਦੀ ਚੁੰਨੀ ਹੈ ਜੀ ਇਸ ਤਰ੍ਹਾਂ। ਕਿਆਰੇ ਪਾਸੇਜਰੀ ਦਾ ਬਾਰਡਰ ਗ੍ਰੀਨ ਕਲਰ ਕੰਟਰਾਸਟ ਦੁਪੱਟਾ ਲੋ ਜੀ ਆ ਲੋਕ ਆਏਗੀ ਪੂਰੇ ਆਰਟੀਕਲ ਦੀ ਲੋ ਜੀ ਪ੍ਰਾਈਸ ਕੀ ਰਿਕਲ ਬੈਟੇ ਨਾਲ 18 ਨੰਬਰ ਆਈਟਮ ਹੈ ਜੀ ਸਿਰਫ 4500 ਰੁਪਏ ਨਿਕਲਿਆਦਾ ਜੀ ਲੋ ਜੀ ਕਿਆ ਦੇਖੋ ਗ੍ਰੇ ਕਲਰ ਦੇ ਵਿੱਚ ਆਈਟਮ ਆਈ ਹੈ ਐਮਬਰਾਇਡਰੀ ਵਾਲੀ ਦੋ ਤਿੰਨ ਤੁਹਾਨੂੰ ਕੰਸੈਪਟ ਦਿਖਾਣੇ ਨੇ ਸਾਰੇ ਡਿਫਰੈਂਟ ਨੇ ਜੀ ਇਹ ਵੀ ਹੈਂਡਵਰਕ ਦੇ ਵਿੱਚ ਆਈਟਮ ਆਈ ਜੀ ਇਹਦੀ ਇਹਦੇ ਵਿੱਚ ਕੰਮ ਕੀ ਕੀਤਾ نیچے ਸਾਰਾ ਪਹਿਲਾਂ ਬੇਲ ਦਿੱਤੀ ਬਾਰਡਰ ਐਮਬਰਾਇਡਰੀ ਉਹਦੇ ਸਿੱਪੀ ਦਾ ਆਰੀ ਦਾ ਪਰਲ ਦਾ ਕੜਵਾਨੇ ਦਾ ਧੱਬਕੇ ਦਾ ਕੰਮ ਆ ਗਿਆ ਠੀਕ ਹੈ ਜੀ ਫਿਰ ਉਹਦੇ ਉੱਪਰ ਸੀਕਵੈਂਸ ਦੇ ਨਾਲ ਜ਼ਿਕਜ਼ੈਗ ਸਾਰਾ ਟੈਂਪਲ ਸਟਾਈਲ ਏਮਬ੍ਰਾਇਡਰੀ ਫਿਰ ਉਹਦੇ ਉੱਪਰ ਬ੍ਰੌਚ ਦਿੱਤੇ ਨੇ ਸਾਰੇ ਹੈਂਡਵਰਕ ਦੇ ਵਿੱਚ ਦੇਖੋ ਇੱਕ ਪਿੰਕਾ ਅਗਰ ਬ੍ਰੌਚ ਆ ਗਿਆ ਵੱਲੇ ਏਮਬ੍ਰਾਇਡਰੀ ਨੀਚੇ ਸੇਮ ਆ ਉਹਦੇ ਚ ਪਿੰਕ ਸਿੱਪੀ ਆ ਗਈ ਏਮਬ੍ਰਾਇਡਰੀ ਸੇਮ ਆ ਉਹ ਚ ਗ੍ਰੀਨ ਸਿੱਪੀ ਆ ਗਈ ਰਾਮਾ ਗ੍ਰੀਨ ਦੀ ਉਹਦੇ ਉੱਪਰ ਸੇਮ ਇਸ ਤਰ੍ਹਾਂ ਹੀ ਬੂਟੀ ਦੀ ਪਿੰਕ ਤੇ ਰਾਮਾ ਗ੍ਰੀਨ ਦੀ ਨਾਲ ਦੁਪੱਟੇ ਦੇ ਚਾਰੇ ਪਾਸੇ ਸਕੈਲਪਿੰਗ ਵਾਲੀ ਰੂਟੀ ਇਹ ਸੂਟ ਹੈ ਸਿਲਕ ਦਾ ਚੁੰਨੀ ਜਿਹੜੀ ਆਏਗੀ ਪਿਓਰ ਚਨਾਉਂਚ ਫੌਨ ਦੀ ਆਈਟਮ ਨੰਬਰ 19 ਹੈ ਜੀ ਪ੍ਰਾਈਸ ਪਏਗਾ 3380 ਰੁਪਏ ਜੀ ਦਾ ਨੈਕਸਟ ਹੋ ਜੀ ਲੋ ਜੀ ਕਿਹ ਅੱਛੇ ਦੇਣਾ ਸਾਡੇ ਕੋਲ ਚੀਜ਼ ਬਹੁਤ ਸੁਪਰ ਜਾ ਰਹੀ ਹੈ ਇਹ ਪ੍ਰਿੰਟਿੰਗ ਦੇ ਵਿੱਚ ਕਨਸੈਪਟ ਆ ਸਾਰਾ ਜੀ ਪਹਿਲਾਂ ਉਹਦੇ ਉੱਪਰ ਬੂਟੀ ਆਏਗੀ ਸਾਰੀ ਤਿੱਲੇ ਦੀ ਇਸ ਤਰ੍ਹਾਂ ਜ਼ਰੀ ਦੀ ਬੂਟੀ ਮਤਲਬ ਨਾਲ ਨਾਲ ਦਬਕੇ ਦਾ ਕੰਮ ਨੋਟ ਦਾ ਕੰਮ ਸਿੱਪੀ ਦਾ ਕੰਮ ਫਿਰ ਹੈਵੀ ਲੈਕ ਆ ਗਿਆ ਰਚ ਜਿਸ ਕਲਰ ਦੀ ਬਾਟਮ ਹੋ ਉਸੇ ਕਲਰ ਦੀ ਨਾਲ ਚੁੰਨੀ ਲਓ ਜੀ ਆਹ ਲੋ ਪੂਰੇ ਆਰਟੀਕਲ ਦੀ ਆਈਟਮ ਨੰਬਰ 20 ਹੈ ਜੀ ਪ੍ਰਾਈਸ ਪਏਗਾ 4670 4670 ਲਾਸਟ 21/y y ਹੂੰ ਇਹ ਕਾਚੀ ਦਿਨ ਇਹ ਵੀ ਬਿਲਕੁਲ ਡਿਫਰੈਂਟ ਚੀਜ਼ ਹੈ ਇਹ ਦੀ ਇਹ ਪ੍ਰਿੰਟਿੰਗ ਦਾ ਬਾਰਡਰ نیچے ਆ ਗਿਆ ਸਾਰਾ ਇਹਦਾ ਉਹਦੇ ਉੱਪਰ ਲੇਸੀਆਂ ਆਣਗੀਆਂ ਇਸ ਤਰ੍ਹਾਂ ਫਿਰ ਤਿੰਨ ਤਿੰਨ ਸ਼ੀਸ਼ੇ ਦੀ ਐਮਬਰਾਇਡਰੀ ਆਏਗੀ ਵਿਦ ਰੇਸ਼ਮ ਨਾਲ ਪੈਂਟੈਕਸ ਆਏਗਾ ਫਿਰ ਉਹਦੇ ਉੱਪਰ ਦੋ ਬੂਟੇ ਆਣਗੇ ਗੋਟਾ ਪੱਤੀ ਦੇ ਬਾਕੂੜੀ ਵਰਗ ਦੇ ਨਾਲ ਲੇਸੀ ਇਸ ਤਰ੍ਹਾਂ ਉੱਪਰ ਨੈਕ ਦੇ ਨਾਲ ਬਟਨ ਨਾਲ ਖਾਲੀ ਕਰ ਆਪਣਾ ਸ਼ੀਸ਼ੇ ਦੇ ਨਾਲ ਔਰਗੈਂਜ਼ਾ ਦੀ ਚੁੰਨੀ ਡਿਜੀਟਲ ਪੇਂਟੋ ਦੇ ਉੱਪਰ ਬੂਟੇ ਸੇਮ ਇਦਾਂ ਲੇ ਹਾਲੂਕ ਕਾਈ ਕੀ ਪੂਰੇ ਆਰਟੀਕਲ ਜੀ ਸੁਪਰ ਚੀਜ਼ ਆ ਬਿਲਕੁਲ ਜੀ ਗ੍ਰੀਨ ਕਲਰ ਦਾ ਸੂਟ ਹੈ ਆਲ ਓਵਰ ਦੁਪੱਟਾ ਕੰਟਰਾਸਟ ਆਈਟਮ ਨੰਬਰ 21 ਪ੍ਰਾਈਸ ਪੈਗਾ 5400 ਰੁਪਏ ਦਾ ਜੀ ਲੋ ਜੀ ਨੰਬਰ ਬੜਾ ਦ ਹੌਲੀ ਕੁਆਰੀ ਫਿਰ ਇਹ ਨੰਬਰ ਤੁਸੀਂ ਨੋਟ ਕਰਾ ਲੇ ਸਟੋਰ ਦੇ ਜਿਹੜੇ ਨੰਬਰ ਨੇ ਜੀ ਇਹ ਤਿੰਨਾ ਨੰਬਰਾਂ ਤੇ ਵਟਸਐਪ ਚੱਲਦਾ ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਪਿਕ ਪੇਚ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ